ਚਾਚੇ ਤਾਂ ਆਏ ਤੇ ਤੁਹਾਡੇ ਕੀ ਨਾਂ ਸੀ ਉਹਦਾ? ਇੱਕ ਮੋਟਰਸਾਈਕਲ ਦੀ ਕਾਰ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ ਅਤੇ ਮੋਟਰਸਾਈਕਲ ਤੇ ਸਵਾਰ 5 ਨੌਜਵਾਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਦੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 3 ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉੱਥੇ ਕਾਰ ਖੇਤਾਂ ਦੇ ਵਿੱਚ ਜਾ ਕੇ ਪਲਟ ਗਈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਸੜਕ ਹਾਦਸਾ ਬੰਗਾ ਤੋਂ ਫਗਵਾੜਾ ਰੋਡ ਤੇ ਪਿੰਡ ਵਾੜੋਵਾਲ ਨੇੜੇ ਵਾਪਰਿਆ। ਦੱਸਣਾ ਬਣਦਾ ਹੈ ਕਿ ਇਹ ਨੌਜਵਾਨ ਇੱਕੋ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਸਨ ਅਤੇ ਜਦੋਂ ਵਾਪਸ ਆ ਰਹੇ ਸਨ ਤਾਂ ਇਹਨਾਂ ਦਾ ਐਕਸੀਡੈਂਟ ਫਗਵਾੜਾ ਸਾਈਡ ਤੋਂ ਆਉਂਦੀ ਕਾਰ ਦੇ ਨਾਲ ਹੋ ਗਿਆ, ਜਿੱਥੇ 2 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 3 ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਢਾਹਾ ਕਲੇਰਾਂ ਵਿਖੇ ਦਾਖਲ ਕਰਵਾਇਆ ਗਿਆ। ਉੱਥੇ ਕਾਰ ਹਾਈਵੇ ਦੇ ਨਾਲ ਖੇਤਾਂ ਦੇ ਵਿੱਚ ਜਾ ਕੇ ਡਿੱਗ ਗਈ। ਉੱਥੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਨੇ ਤੇ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ, ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਮ੍ਰਿਤਕ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੇ ਕਵਰੇਜ ਕਰਨ ਤੋਂ ਵੀ ਰੋਕਿਆ। ਫਿਲਹਾਲ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਅਨੁਸਾਰ ਇੱਕ ਮੋਟਰਸਾਈਕਲ ਤੇ ਇਹ 5 ਨੌਜਵਾਨ ਸਵਾਰ ਸਨ ਅਤੇ ਬਿਨਾਂ ਪਿੱਛੇ ਵੇਖੇ ਹੀ ਇਹਨਾਂ ਨੇ ਮੋਟਰਸਾਈਕਲ ਮੋੜ ਲਿਆ ਅਤੇ ਕਾਰ ਦੇ ਨਾਲ ਇਹਨਾਂ ਦੀ ਟੱਕਰ ਹੋ ਗਈ। ਇਸ ਘਟਨਾ ਦੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲੇ ਦੋਵੇਂ ਨੌਜਵਾਨਾਂ ਦੀ ਉਮਰ ਤਕਰੀਬਨ 1 ਦੀ 19 ਸਾਲ ਤੇ ਦੂਜੇ ਦੀ 16 ਸਾਲ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਇਸ ਘਟਨਾ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਸਾਡੇ ਪਿੰਡ ਦੇ ਮੁੰਡੇ 5 ਰਾਜ ਸਾਹਿਬ ਦੇ ਨਜ਼ਾਰੇ ਮੱਥਾ ਟੇਕਣ ਗਏ ਸੀ। ਉਹ ਟੇਕੇ ਮੱਥਾ ਟੇਕੇ ਆ ਰਹੇ ਸੀ ਤੇ ਨਜ਼ਾਰੀ ਮੋੜ ਦੇ ਉੱਤੇ ਅਚਾਨਕ ਇਹਨਾਂ ਦਾ ਐਕਸੀਡੈਂਟ ਹੋ ਗਿਆ, ਜਿਹਦੇ ਵਿੱਚ ਗੱਡੀ ਵੱਜੀ। ਜਿਹਨਾਂ ਦੇ ਵਿੱਚ ਨਾਮ ਸੀ ਉਹਨਾਂ ਦਾ ਸਾਹਿਲ ਸਨ ਆਫ ਮਗੂਰਾਮ 19 ਸਾਲ, ਸੁਖਵੀਰ ਸਰੋਆ ਸਨ ਆਫ ਗੁਰਸੇਵਕ ਰਾਮ 16 ਸਾਲ, ਇਹ ਦੋਨਾਂ ਦੀ ਮੌਤ ਹੋ ਗਈ ਹੈ। ਤਰਨ ਸ਼ਰਮਾ ਸਨ ਆਫ ਸੁਰਜੀਤ 19 ਸਾਲ, ਕਮਲਜੀਤ ਸਿੰਘ ਸਨ ਆਫ ਸੁਖਦੇਵ ਸਿੰਘ 19 ਸਾਲ, ਰਾਹੁਲ ਸਨ ਆਫ ਤਰਸੇਮ ਲਾਲ 21 ਸਾਲ। ਇਹਨਾਂ ਦੀ ਇਹ ਉਮਰ ਸੀ, ਇਹਨਾਂ ਦੇ ਗੰਭੀਰ ਸੱਟਾਂ ਹੈ, ਸੀਰੀਅਸ ਹੋਇਆ, ਇਲਾਜ ਅਧੀਨ ਹੋਇਆ ਜੀ। ਅਤੇ ਇਹ ਇੱਕੋ ਹੀ ਮੋਟਰਸਾਈਕਲ ਦੇ 5 ਜਣੇ? ਇੱਕੋ ਮੋਟਰਸਾਈਕਲ ਦੇ ਉੱਤੇ 5 ਜਣੇ ਸੀ। ਉਹ ਧਾਰਮਿਕ ਸਥਾਨ 'ਤੇ ਮੱਥਾ ਟੇਕ ਆ ਰਹੇ? ਹਾਂਜੀ ਹਾਂਜੀ, ਰਾਜ ਸਾਹਿਬ ਦੇ ਨਜ਼ਾਰੇ ਤੋਂ ਮੱਥਾ ਟੇਕ ਕੇ ਆ ਰਹੇ। ਇਹ ਰਾਜ ਸਾਹਿਬ ਦੇ ਨਜ਼ਾਰੇ ਤੋਂ ਆਏ ਸੀ ਮੋਟਰਸਾਈਕਲ 5 ਜਣੇ ਅਤੇ ਇੱਥੋਂ ਮਜ਼ਾਰੀ ਤੋਂ ਬਾੜੋਵਾਲ ਨੂੰ ਕ੍ਰੋਸ ਕਰਨ ਲੱਗੇ ਸੀਗੇ। ਦੇਖਿਆ ਜੀ, ਬਿਨਾਂ ਦੇਖੇ ਕ੍ਰੋਸ ਕਰਤਾ, ਪਿੱਛੋਂ ਗੱਡੀ ਜਲੰਧਰ ਤੋਂ ਆ ਰਹੀ ਸੀਗੀ, ਉਹਦੇ ਨਾਲ ਟੱਕਰ ਹੋ ਗਈ। ਇਹ ਕਿੰਨੇ ਜਣੇ ਸੀਗੇ ਮੋਟਰਸਾਈਕਲ ਦੇ? 5 ਜਣੇ। 5 ਜਣੇ ਗੱਡੀ ਦੇ ਵਿੱਚ? ਇੱਕ ਮੈਂਬਰ। ਇੱਕ ਮੈਂਬਰ ਸੀ? ਅਤੇ ਕਿੰਨੀਆਂ ਜਣਿਆਂ ਦੀ ਕੈਜੂਅਲਟੀ ਆ? 2 ਜਣਿਆਂ ਦੀ ਡੈਥ ਹੋ ਗਈ ਆ ਅਤੇ 3 ਜਣੇ ਜ਼ਖਮੀ ਹੋ ਗਏ। ਦਾਖਲ ਹੈ। 2 ਦੇ ਕੀ ਨਾਮ ਆ? ਇੱਕ ਦਾ ਨਾਮ ਹੈਗਾ ਸਾਹਿਲ, ਪੁੱਤਰ ਮੰਗੂ ਰਾਮ, ਅਤੇ ਸੁਖਵੀਰ ਸਰੋਆ ਪੁੱਤਰ ਗੁਰਸੇਵਕ ਰਾਮ। ਇਹ ਕਿੰਨੀ ਕੁ ਉਮਰ ਇਹਨਾਂ ਦੀ? ਇਹੀ ਕੋਈ 19 ਸਾਲ ਦੀ ਇੱਕ ਦੀ ਅਤੇ ਇੱਕ 16 ਸਾਲ ਦੀ। ਅਤੇ ਕਾਹਤੇ ਆ ਰਹੇ ਸੀ ਘਰੇ? ਮੋਟਰਸਾਈਕਲ ਹੀ ਰੋਣ। ਬੱਜੇ ਕਿਹਦੇ 'ਚ? ਕਾਰ ਕਨੇਡਾ 'ਚ। ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ? ਕਾਰਵਾਈ ਕਰ ਰਹੇ ਜੀ, ਮੈਂ ਘਰਦਿਆਂ ਦੇ ਬਿਆਨ ਤੋਂ ਦੇਖ ਕੇ ਜੋ ਬਿਆਨ। ਕਾਰ ਵਾਲੇ ਇੱਥੇ ਹੀ ਹੈ? ਹਾਂਜੀ। ਉਹਨਾਂ ਦਾ ਕੀ ਨਾਮ ਹੈ ਕਾਰ ਵਾਲਿਆਂ ਦਾ? ਕਾਰ ਵਾਲਾ ਨਾਮ ਹੈਗਾ ਅਰਪਣ ਗੁਵੇਜਾ। ਇਹ ਕਿੱਥੋਂ ਆ ਰਹੇ ਸੀ? ਇਹ ਜਲੰਧਰ ਤੋਂ ਆ ਰਿਹਾ ਸੀ। ਥੈਂਕ ਯੂ।